ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ ਤੇ। ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋਵੋਗੇ। ਜਿਨ੍ਹਾਂ ਵੀਰਾਂ ਨੇ ਅਜੇ ਤੱਕ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕੀਤਾ, ਹਰ ਵੀਰ ਅੱਗੇ ਰਿਕੁਐਸਟ ਹੈ ਕਿ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਤੋਂ ਫਾਲੋ ਨਹੀਂ ਕੀਤਾ ਤੇ ਪਲੀਜ਼ ਇੰਸਟਾਗ੍ਰਾਮ ਥੱਲੇ ਚੱਲਦਾ ਹੋਣਾ ਵੀ ਇੰਸਟਾਗ੍ਰਾਮ ਤੇ ਜ਼ਰੂਰ ਫਾਲੋ ਕਰ ਲਓ। ਬਹੁਤ ਸਾਰੇ ਵੀਰ ਇੰਸਟਾਗ੍ਰਾਮ ਤੇ ਮੈਸੇਜ ਕਰਦੇ ਨੇ, ਹਰ ਇੱਕ ਵੀਰ ਨੂੰ ਰਿਪਲਾਈ ਲੱਭੇਗਾ। ਥੋੜਾ ਜਿਹਾ ਟਾਈਮ ਲੱਗਦਾ ਵੇ ਕਿਉਂਕਿ ਮੈਂ ਤੁਹਾਨੂੰ ਉਸ ਦਿਨ ਵੀ ਹੋਇਆ ਸੀ, ਬਹੁਤ ਹੀ ਜ਼ਿਆਦਾ ਇੰਸਟਾਗ੍ਰਾਮ ਤੇ ਮੈਸੇਜ ਆਉਂਦੇ ਨੇ ਤੇ ਹਰ ਇੱਕ ਵੀਰ ਨੂੰ ਜਰਾ ਰਿਪਲਾਈ ਕਰਨਾ ਥੋੜਾ ਜਿਹਾ ਡਿਫਿਕਲਟ ਹੁੰਦਾ। ਲਓ ਜੀ ਵੀਰੋ, ਅੱਜ ਅਸੀਂ ਗੱਲ ਕਰਾਂਗੇ 1 ਸਾਲ ਵਾਲੇ ਤੇ 9 ਮਹੀਨਿਆਂ ਵਾਲੇ ਪੇਪਰਾਂ ਦੀ। ਮੇਰੇ ਕੋਲ ਲੇਟੈਸਟ ਰਿਪੋਰਟਾਂ ਆ ਗਈਆਂ ਨੇ, ਉਹਦੀ ਗੱਲ ਕਰਨੇ ਆ ਵੀਰੋ। ਤੇ ਜਿੰਨਾ ਜਿੰਨਾ ਹਜੇ ਤੱਕ ਨਾ ਵੀਡੀਓ ਨੂੰ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦੇਣ ਫਟੋਫਟ। ਲਓ ਜੀ ਵੀਰੋ, ਸਭ ਨਾਲੋਂ ਪਹਿਲਾਂ ਲੇਟੈਸਟ ਅਪਡੇਟ ਇਹ ਵੇ ਕਿ 1 ਸਾਲ ਵਾਲੇ ਜਿਹੜੇ ਪੇਪਰ ਨੇ, ਜਿਨ੍ਹਾਂ ਨੂੰ ਨੋਨ ਸੀਜ਼ਨਲ ਪੇਪਰ ਵੀ ਆਖਿਆ ਜਾਂਦਾ, ਨੋਨ ਸੀਜ਼ਨਲ ਨੋਲਾ ਹਾਊਸ ਦਾ ਵੀ ਆਖਿਆ ਜਾਂਦਾ। ਸਾਡਾ ਇੱਕ ਪਾਕਿਸਤਾਨੀ ਵੀਰ ਏ ਜਿਨੇ ਪਾਕਿਸਤਾਨ ਦੇ ਵਿੱਚ ਰਹਿ ਕੇ ਪਾਕਿਸਤਾਨ ਤੋਂ ਅਪੁਆਇੰਟਮੈਂਟ ਲੈ ਕੇ ਕਿਸੇ ਏਜੰਟ ਦੇ ਜ਼ਰੀਏ ਆਪਣਾ ਵੀਜ਼ਾ ਲਵਾ ਲਿਆ ਵੇ। ਇਹ ਬੜੀ ਵੱਡੀ ਗੱਲ ਏ। ਪਾਕਿਸਤਾਨ ਤੋਂ ਤਕਰੀਬਨ 2 ਮਹੀਨਿਆਂ ਤੋਂ ਵੇਖਣ ਡਿਆ ਵਾਂ ਕਿਸੇ ਵੀ ਵੀਰ ਦਾ ਕੋਈ ਵੀ ਅਪੁਆਇੰਟਮੈਂਟ ਨਹੀਂ ਸੀ ਲੱਭਣ ਡਈ ਜਾਂ ਵੀਜ਼ੇ ਦਾ ਰਿਜ਼ਲਟ ਨਹੀਂ ਸੀ ਆਉਂਦਿਆ ਹੈ ਤੇ 1 ਸਾਲ ਵਾਲਾ ਵੀਜ਼ਾ ਲੱਗ ਗਿਆ। ਦੂਜੇ ਨੰਬਰ ਤੇ 9 ਮਹੀਨਿਆਂ ਵਾਲੇ ਪੇਪਰਾਂ ਦੀ ਮੈਂ ਤੁਹਾਨੂੰ ਗੱਲ ਦੱਸਾਂ, 9 ਮਹੀਨਿਆਂ ਵਾਲੇ ਪੇਪਰ ਇਸ਼ੂ ਹੋਣ ਡੇ ਨੇ। ਮੈਂ ਤੁਹਾਨੂੰ ਇੱਕ ਚੀਜ਼ ਚੈੱਕ ਕਰਵਾਉਣਾ। ਲਓ ਜੀ ਵੀਰੋ, ਇਹ ਇੱਕ ਨੋਲਾ ਉਸਤਾ ਵੇ, ਇਹ ਸਾਡਾ ਇੱਕ ਵੀਰ ਹੀ, ਇੰਸਟਾਗ੍ਰਾਮ ਤੇ ਹੀ ਸਾਡੀ ਜਾਣ ਪਛਾਣ ਹੋਈ। ਇਹ ਸਾਡਾ ਵੀਰ ਇੱਕ ਇਹ ਮਨਿੰਦਰ ਪੰਜਾਬ ਤੋਂ ਜਲੰਧਰ ਦਾ ਰਹਿਣ ਵਾਲਾ ਵੇ, ਇਹਨੇ ਆਪਣਾ ਨੋਲਾ ਉਸਤਾ ਅਪਲਾਈ ਕੀਤਾ ਸੀ 12 ਦਸੰਬਰ ਨੂੰ। ਇਹਨੇ ਆਪਣਾ ਨੋਲਾ ਉਸਤਾ ਅਪਲਾਈ ਕੀਤਾ ਸੀ, ਇਹਦਾ ਨੋਲਾ ਉਸਤਾ ਇਸ਼ੂ ਹੋਇਆ ਵੇ ਤੇ ਇਹ ਹੁਣ ਨੋਲਾ ਉਸਤਾ ਜਿਹੜਾ ਇਹ ਮੇਰੇ ਕੋਲ ਏ। ਇਹਦੀਆਂ ਕੁਛ ਪਰਸਨਲ ਜਿਹੜਾ ਪਾਸਪੋਰਟ ਨੰਬਰ ਤੁਸੀਂ ਹੋਰ ਵੀ ਚੀਜ਼ਾਂ ਹੈ ਨੇ ਉਹ ਮੈਂ ਤੁਹਾਨੂੰ ਨਹੀਂ ਵਿਖਾ ਸਕਦਾ। ਜੇ ਤੁਸੀਂ ਨੋਲਾ ਉਸਤਾ ਵੇਖਣੇ ਇੰਸਟਾਗ੍ਰਾਮ 'ਤੇ ਜਾ ਕੇ ਨੋਲਾ ਉਸਤਾ ਵੇਖ ਸਕਦੇ ਹੋ। ਲਓ ਜੀ ਵੀਰੋ, ਇਹ ਗੱਲ ਕਨਫਰਮ ਹੈ ਕਿ 9 ਮਹੀਨਿਆਂ ਵਾਲੇ ਵੀ ਅਤੇ 1 ਸਾਲ ਵਾਲੇ ਵੀ ਪੇਪਰ ਕਨਫਰਮ ਤੌਰ 'ਤੇ ਇਸ਼ੂ ਹੋਣ ਡੇ ਨੇ। ਉਸ ਤੋਂ ਬਾਅਦ ਜਿਹੜੀ ਰਿਪੋਰਟ ਹੈ ਨਾ ਵੀਰੋ, ਰਿਪੋਰਟ ਇਹ ਵੇ ਕਿ ਜਿਨ੍ਹਾਂ ਵੀਰਾਂ ਦੇ ਨੋਲਾ ਉਸਤਾ ਨਹੀਂ ਨਿਕਲੇ ਉਹਨਾਂ ਨੂੰ ਵੇਟ ਕਰਨਾ ਪੈ ਸਕਦਾ ਵੇ। ਉਂਝ ਤਾਂ ਲਾਈਕ ਨੋਲਾ ਉਸਤਾ ਸੀਜ਼ਨਲ ਵੀ ਇਸ਼ੂ ਹੁੰਦੇ ਨੇ, ਨੋਨ ਸੀਜ਼ਨਲ ਵੀ ਇਸ਼ੂ ਹੁੰਦੇ ਨੇ ਇਸ ਟਾਈਮ ਜਿਹੜੀ ਸਿਚੁਏਸ਼ਨ ਚੱਲਣ ਡਈ ਹੈ। ਅਤੇ ਲਾਸਟ ਵੀਕ ਬਹੁਤ ਸਾਰੇ ਵੀਰਾਂ ਦੇ ਨੋਨ ਸੀਜ਼ਨਲ ਨੋਲਾ ਉਸਤਾ ਇਸ਼ੂ ਹੋਏ ਸਨ ਅਤੇ ਮੈਂ ਪਹਿਲਾਂ ਹੀ ਪ੍ਰਡਿਕਟ ਕਰ ਛੱਡਿਆ ਸੀ ਕਿ ਨੋਨ ਸੀਜ਼ਨਲ ਨੋਲਾ ਉਸਤਾ ਜਿਹੜੇ ਨੇ ਉਹ ਬਹੁਤ ਹੀ ਛੇਤੀ ਇਸ਼ੂ ਹੋ ਜਾਣਗੇ ਅਤੇ ਬਿਲਕੁਲ ਉਹੀ ਸਿਚੁਏਸ਼ਨ ਚੱਲਣ ਡਈ ਹੈ। ਅਤੇ ਜਿਹੜੇ ਸੀਜ਼ਨਲ ਨੋਲਾ ਉਸਤਾ ਰਹਿ ਗਏ ਨੇ ਲਾਈਕ 12 ਦਸੰਬਰ ਵਾਲੇ, 4 ਦਸੰਬਰ ਵਾਲੇ ਜਾਂ ਫਿਰ 2 ਦਸੰਬਰ ਵਾਲੇ, ਉਹ ਥੋੜ੍ਹਾ ਜਿਹਾ ਡਿਲੇ ਹੋਣਗੇ ਜਾਂ ਫਿਰ ਇਸ਼ੂ ਹੀ ਨਹੀਂ ਹੋਣੇ ਹੈ। ਅਤੇ ਡਿਲੇ ਕਿੰਨੀ ਕੁ ਦੇਰ ਤੱਕ ਹੋ ਸਕਦੇ ਨੇ? ਆਈ ਥਿੰਕ ਨੈਕਸਟ ਮਹੀਨਾ ਜਿਹੜਾ ਵੇ, ਅਗਲਾ ਮਹੀਨਾ ਜਿਹੜਾ ਵੇ, ਇਹ ਵੇ ਜੂਨ ਦਾ, ਅਤੇ ਜੂਨ ਦੇ ਮਹੀਨੇ ਦੀ 15 ਤਰੀਕ ਤੋਂ ਪਹਿਲਾਂ ਜੋ ਵੀ ਰਿਜ਼ਲਟ ਆਉਣਾ ਵੇ ਜਾਂ ਫਿਰ ਕੈਂਸਲ ਹੋਈ ਉਹਨੇ ਪਤਾ ਲੱਗ ਜਾਵੇਗਾ। ਬਹੁਤੇ ਚਾਂਸ ਕੈਂਸਲ ਹੁੰਦੇ ਨੇ ਅਤੇ ਮੈਂ ਹਾਈਏ ਵੀ ਪ੍ਰਡਿਕਟ ਕਰਨ ਡਿਆ ਵਾਂ ਕਿ ਕੈਂਸਲ ਹੋ ਗਏ ਨੇ। ਜਿਸ ਜਿਸ ਵੀਰ ਭਰਾ ਨੇ ਵੀ ਮੈਨੂੰ ਪੁੱਛਿਆ ਨਾ ਕਿ ਮੈਂ 12 ਦਸੰਬਰ ਨੂੰ ਜਾਂ ਫਿਰ 4 ਦਸੰਬਰ ਨੂੰ, 2 ਦਸੰਬਰ ਨੂੰ ਨੋਲਾ ਉਸਤਾ ਅਪਲਾਈ ਕੀਤਾ, ਮੇਰਾ ਨੋਲਾ ਉਸਤਾ ਨਹੀਂ ਨਿਕਲਿਆ, ਉਹਨੂੰ ਮੈਂ ਇਹ ਸੁਜੈਸ਼ਨ ਦਿੱਤਾ ਹੋਵੇ, ਉਹਨੂੰ ਮੈਂ ਇਹ ਗੱਲ ਆਖੀਏ ਕਿ ਜਿਹੜੇ ਮਾਰਚ ਦੇ ਪੇਪਰ ਓਪਨ ਹੋਏ ਸਨ ਨਾ 2024 ਦੇ ਵਿੱਚ, ਉਹਦੇ ਵਿੱਚ ਆਪਣੇ ਇੱਥੋਂ ਪੇਪਰ ਅਪਲਾਈ ਕਰ ਦੇ। ਅਤੇ ਬਹੁਤ ਸਾਰੇ ਵੀਰਾਂ ਨੇ ਪੇਪਰ ਅਪਲਾਈ ਵੀ ਕਰ ਲਏ ਸਨ ਮੇਰੀ ਗੱਲ ਮੰਨ ਕੇ, ਅਤੇ ਉਹ ਆਈ ਥਿੰਕ ਕਾਫੀ ਜ਼ਿਆਦਾ ਫਾਇਦੇ 'ਚ ਰਹਿ ਗਏ ਨੇ
ਕਿਉਂਕਿ 15 ਤੇ ਤਕਰੀਬਨ 17 ਜੂਨ ਤੋਂ ਬਾਅਦ ਜਿਹੜੇ ਨੇ ਉਹ ਮਾਰਚ ਵਾਲੇ ਪੇਪਰ ਵੀ ਇਸ਼ੂ ਹੋਣਾ ਸ਼ੁਰੂ ਹੋ ਜਾਂਦੇ ਨੇ। 18 ਮਾਰਚ ਵਾਲੇ, 21 ਮਾਰਚ ਵਾਲੇ, 25 ਮਾਰਚ ਵਾਲੇ ਪੇਪਰ ਇਸ਼ੂ ਹੋਣਾ ਵੀ ਸ਼ੁਰੂ ਹੋ ਜਾਂਦੇ ਨੇ, ਨੋਲਾ ਉਸ ਤਾਂ ਸ਼ੁਰੂ ਹੋ ਜਾਂਦੇ ਨੇ। ਅਤੇ ਥੱਲੇ ਕਮੈਂਟ ਬੋਕਸ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਕਿ ਦਸੰਬਰ ਵਾਲੇ ਤੁਹਾਡੇ ਜਿਹੜੇ ਪੇਪਰ ਸਨ ਉਹਨਾਂ ਦਾ ਕੀ ਬਣਿਆ ਵੇ, ਅਤੇ ਜਿਹੜੇ ਤੁਸੀਂ ਮਾਰਚ ਦੇ ਮਹੀਨੇ ਦੇ ਵਿੱਚ ਕਿਸੇ ਵੀਰ ਨੇ ਪੇਪਰ ਅਪਲਾਈ ਕੀਤੇ ਨੇ ਅਤੇ ਉਹਦਾ ਇਸ ਟਾਈਮ ਕੀ ਸਿਚੁਏਸ਼ਨ ਚੱਲਣ ਡਈ ਹੈ, ਤੁਹਾਡਾ ਏਜੰਟ ਤੁਹਾਨੂੰ ਕੀ ਕਹਿਣ ਡਿਆ ਵੇ, ਇਹ ਸਾਰੀਆਂ ਦੇ ਸਾਰੀਆਂ ਗੱਲਾਂ ਜ਼ਰਾ ਸਾਡੇ ਨਾਲ ਸ਼ੇਅਰ ਕਰਿਓ। ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਕਿਉਂਕਿ ਇੰਸਟਾਗ੍ਰਾਮ 'ਤੇ ਜਿਹੜੀ ਵੀ ਨਵੀਂ ਤੋਂ ਨਵੀਂ ਅਪਡੇਟ ਹੁੰਦੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਛੱਡਨੇ ਹਾਂ ਫ੍ਰੀ ਦੇ ਵਿੱਚ। ਅਤੇ ਦੂਜੇ ਨੰਬਰ 'ਤੇ ਸਭ ਨਾਲੋਂ ਇੰਪੋਰਟੈਂਟ ਗੱਲ ਇਹ ਵੇ ਮਿੱਤਰੋ ਕਿ ਜਿਸ ਵੀਰ ਨੇ ਵੀ ਲਾਈਕ ਪ੍ਰਾਈਵੇਟ ਕੰਸਲਟੈਂਸੀ ਚਾਹੀਦੀ ਹੈ, ਜਿਹਨੂੰ ਕਿ ਲਾਈਕ ਮੇਰੇ ਕਾਗਜ਼ ਪੱਤਰ ਤੁਸੀਂ ਜਮ੍ਹਾਂ ਕਰ ਲਓ ਅਤੇ ਅਸੀਂ ਤੁਹਾਡੇ ਪੇਪਰ ਸ਼ੇਪਰ ਜਮ੍ਹਾਂ ਕਰ ਦਈਏ, ਲਾਈਕ ਮੈਂ ਤੁਹਾਡੇ ਪੇਪਰ ਜਮ੍ਹਾਂ ਕਰਵਾ ਦਾਂ, ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੋਣਾ। ਤੁਸੀਂ 15 ਯੂਰੋ ਮੈਨੂੰ ਦੇਣੇ ਨੇ ਅਤੇ ਮੈਂ ਤੁਹਾਡੀ ਜੋ ਜੋ ਫਾਈਲ ਦੇ ਵਿੱਚ ਚੀਜ਼ਾਂ ਲੱਗਣਗੀਆਂ ਨਾ ਉਹ ਮੈਂ ਤੁਹਾਨੂੰ ਦੱਸਾਂਗਾ, ਤੁਸੀਂ ਆਪ ਫਾਈਲ ਤਿਆਰ ਕਰਨੀ ਹੈ, ਜਿਹੜੀ ਜਿਹੜੀ ਚੀਜ਼ ਚਾਹੀਦੀ ਹੋਏਗੀ ਉਹ ਮੈਂ ਤੁਹਾਨੂੰ ਦੱਸ, ਤੁਸੀਂ ਫਾਈਲ ਤਿਆਰ ਕਰਨੀ ਹੈ ਅਤੇ ਉਸ ਤੋਂ ਬਾਅਦ ਇਟਲੀ ਕਿਵੇਂ ਸਬਮਿਟ ਕਰਨੀ ਹੈ ਤੁਹਾਨੂੰ ਇਹ ਦੱਸਾਂਗਾ, ਇਟਲੀ ਤੁਹਾਡੇ ਕਿੰਨੇ ਪੈਸੇ ਲੱਗਣੇ ਨੇ, ਕਿਵੇਂ ਬੰਦਾ ਲੱਭਣਾ, ਇਹ ਸਾਰਾ ਕੁਛ ਮੈਂ ਤੁਹਾਨੂੰ 15 ਯੂਰੋ ਦੇ ਵਿੱਚ ਦੱਸਾਂਗਾ। ਅਤੇ ਬਹੁਤ ਸਾਰੇ ਵੀਰ ਇਹ ਕਹਿਣ ਡੇ ਨੇ 15 ਯੂਰੋ ਫੀਸ ਬਹੁਤ ਜ਼ਿਆਦਾ ਵੇ, ਅਤੇ ਵੀਰੋ ਕੋਈ ਪਾਕਿਸਤਾਨ ਜਾਂ ਇੰਡੀਆ ਦੇ ਵਿੱਚ ਕਿਸੇ ਏਜੰਟ ਦੇ ਨਾਲ ਤੁਸੀਂ ਗੱਲ ਕਰਦੇ ਹੋ ਵੀਜ਼ਾ ਅਪਲਾਈ ਕਰਨ ਦੀ, ਵੀਜ਼ਾ ਸਬਮਿਟ ਕਰਨ ਦੀ, ਹਾਲਾਂਕਿ 0% ਚਾਂਸ ਹੁੰਦੇ ਨੇ ਕਿ ਕੋਈ ਏਜੰਟ ਤੁਹਾਨੂੰ ਵੀਜ਼ਾ ਦਵਾਏ, ਉਹਨੂੰ ਤੁਸੀਂ ਜਿਹੜਾ ਨਾ ਉਹ ਰੁਪਈਆ 3-3, 4-4 ਲੱਖ ਰੁਪਈਆ ਦੇ ਹੜਦੇ ਹੋ ਸਿਰਫ ਕੰਸਲਟ ਕਰਨ ਦਾ, ਫਾਈਲ ਤਿਆਰ ਕਰਨ ਦਾ। ਮੈਂ 15 ਯੂਰੋ ਫੀਸ ਮੰਗੀ ਹੈ, ਆਈ ਥਿੰਕ ਪਾਕਿਸਤਾਨ ਇੰਡੀਆ ਦੇ ਵਿੱਚ ਬੜੇ ਵੀ ਬਣੇ ਅਤੇ ਮੇਰੇ ਹਿਸਾਬ ਨਾਲ ਕੋਈ 5,000 ਰੁਪਈਆ ਵੀ ਨਹੀਂ ਪਿਆ ਬਣਦਾ, 5-6,000 ਰੁਪਈਆ ਨਹੀਂ ਪਿਆ ਬਣਦਾ ਹੈ। ਅਤੇ ਇਹ ਸੂਰਤ ਹਾਲ ਹੈ ਸਾਰੀ, 15 ਯੂਰੋ ਫੀਸ ਹੈ। ਜਿਹੜੇ ਜਿਹੜੇ ਵੀਰ ਨੇ 15 ਯੂਰੋ ਫੀਸ ਪੇ ਕਰਨੀ ਉਹ ਇੰਸਟਾਗ੍ਰਾਮ 'ਤੇ ਮੇਰੇ ਨਾਲ ਕੋਂਟੈਕਟ ਕਰ ਸਕਦੇ ਆ, ਉਹਨੂੰ ਬੈਂਕ ਡਿਟੇਲ ਦੇ ਦਿੱਤੀਆਂ ਜਾਣਗੀਆਂ, ਤੁਸੀਂ ਆਪਣਾ ਫੀਸ ਸਬਮਿਟ ਕਰੋਗੇ ਅਤੇ ਉਸ ਤੋਂ ਬਾਅਦ ਤੁਹਾਡਾ ਈਚ ਐਂਡ ਐਵਰੀਥਿੰਗ, ਜਿਹੜੀ ਜਿਹੜੀ ਸ਼ਾਇਦ ਚਾਹੀਦੀ ਹੈ, ਕਿੰਨੇ ਪੈਸੇ ਚਾਹੀਦੇ ਨੇ, ਪੈਸੇ ਕਿੱਥੇ ਜਮ੍ਹਾਂ ਕਰਾਉਣੇ ਨੇ, ਕਿੱਥੋਂ ਕਾਗਜ਼ ਆਉਣੇ ਨੇ, ਕਿਵੇਂ ਛੇਤੀ ਕਾਗਜ਼ ਆ ਸਕਦੇ ਨੇ, ਸਾਰਾ ਕੁਝ ਤੁਹਾਨੂੰ ਮੈਂ ਗਾਈਡ ਕਰਾਂਗਾ। ਅਤੇ ਤੁਸੀਂ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰਕੇ ਅਤੇ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਓ, ਇੰਸਟਾਗ੍ਰਾਮ ਦੀ ID ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਲੱਭ ਜਾਏਗਾ। ਮਿਲਦੇ ਹਾਂ ਮਿੱਤਰੋ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਰੱਬ ਰਾਖਾ।